ਅਤੇ 14 ਤਰੀਕ ਅਤੇ 15 ਦੀ ਦਰਮਿਆਨੀ ਰਾਤ ਆਏ ਆ ਵੀ ਅੰਗ ਜਿਹੜੇ ਆ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਫਾਟੇ ਆ ਉਹਦੀ ਬੁਰਕੀ ਕੱਢੀ ਆ ਅਤੇ ਕੁਛ ਅੰਗਾਂ ਦੇ ਵਿੱਚ ਬਲੇਡ ਫਿਰਿਆ ਪਾਠੀ ਹੀ ਨਿਸ਼ਾਨ ਸਿੰਘ ਪਿੰਡ ਮੰਨਣ ਦਾ ਉਹਦੇ ਦਿਲ 'ਚ ਬੇਈਮਾਨੀ ਆਈ ਉਹਨੂੰ ਪੁੱਛਗਿੱਛ ਕੀਤੀ ਉਹਦਾ ਮੇਰਾ ਦਿਲ ਦੋੜ ਗਿਆ ਅਤੇ ਮੈਂ ਇਹ ਜਿਹੜੇ ਆ ਪੱਤਰੇ ਫਾੜ ਕੇ ਅਤੇ ਉੱਥੇ ਇਹਨੇ ਰੂੜੀ ਦੇ ਵਿੱਚ ਆਪਣਾ ਦੱਬੇ ਸਰ ਜਿਹੜਾ ਬੇਅਦਬੀ ਵਾਲਾ ਮਾਮਲਾ ਸੀ ਕੀ ਸੀ ਜੀ ਇਹ ਕੌਣ ਹੈ ਦੋਸ਼ੀ ਦਾ ਇਹ ਇੱਥੇ ਮੰਨਣ ਪਿੰਡ ਦੇ ਵਿੱਚ ਆਪਣਾ ਇੱਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਉੱਥੇ ਆਪਣਾ ਜਿਹੜਾ ਪਾਠੀ ਗੁਰਮੀਤ ਸਿੰਘ ਇਹਨਾਂ ਨੇ ਕਿਤੇ ਖੰਡ ਪਾਠ ਆਰੰਭ ਕੀਤਾ ਸੀ ਮੰਨਣ ਪਿੰਡ ਦੇ ਵਿੱਚ ਕਿਸੇ ਦੇ ਘਰੇ ਅਤੇ ਉੱਥੇ 14 ਤਰੀਕ ਨੂੰ ਉਹਨਾਂ ਨੇ ਖੰਡ ਪਾਠ ਆਰੰਭ ਕੀਤਾ ਸੀ ਅਤੇ 14 ਤੋਂ ਜਦੋਂ ਇਹਨਾਂ ਨੇ 16 ਤਰੀਕ ਨੂੰ ਖੰਡ ਪਾਠ ਦਾ ਭੋਗ ਪਾਇਆ ਅਤੇ 14 ਤਰੀਕ ਅਤੇ 15 ਦੀ ਦਰਮਿਆਨੀ ਰਾਤ ਆਏ ਆ ਵੀ ਅੰਗ ਜਿਹੜੇ ਆ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਠੇ ਆ ਉਹਦੀ ਬੁਰਕੀ ਕੱਢੀ ਆ ਅਤੇ ਕੁਛ ਅੰਗਾਂ ਦੇ ਵਿੱਚ ਬਲੇਡ ਫਿਰਿਆ ਅਤੇ ਜਿਹੜਾ ਉੱਥੇ ਪਾਠੀ ਸੀ ਨਿਸ਼ਾਨ ਸਿੰਘ ਪਿੰਡ ਮੰਨਣ ਦਾ ਉਹਦੇ ਦਿਲ 'ਚ ਬੇਈਮਾਨੀ ਆਈ ਉਹਨੂੰ ਪੁੱਛਗਿੱਛ ਕੀਤੀ ਉਹਦਾ ਮੇਰਾ ਦਿਲ ਦੋੜ ਗਿਆ ਅਤੇ ਮੈਂ ਇਹ ਜਿਹੜੇ ਆ ਪੱਤਰੇ ਪਾੜ ਕੇ ਅਤੇ ਉੱਥੇ ਇਹਨੇ ਰੂੜੀ ਦੇ ਵਿੱਚ ਆਪਣਾ ਦੱਬੇ ਅਤੇ ਅੱਜ ਹੀ ਕੀ ਤੁਸੀਂ ਪੱਤਰੇ ਬਰਾਮਦ ਕਰ ਲਿਆ ਜੀ ਅੱਜ ਅਸੀਂ ਇਹਨੂੰ ਦੋਸ਼ੀ ਨੂੰ ਆਪਣਾ ਕੋਲ ਪੱਤਰੇ ਬਰਾਮਦ ਕਰ ਲਿਆ ਅਤੇ ਅਰੈਸਟ ਵੀ ਕਰ ਲਿਆ ਇਹਦੇ ਬਰਖਿਲਾਫ ਅਸੀਂ ਉਦਣੀ FIR ਨੰਬਰ 33 ਦਰਜ ਕੀਤੀ ਉਹਦੇ 'ਚ ਅਸੀਂ ਹੁਣ ਇਹਦੀ ਅਰੈਸਟ ਪਾ ਲਈ ਅਤੇ 14 ਤਰੀਕ ਅਤੇ 15 ਦੀ ਦਰਮਿਆਨੀ ਰਾਤ ਆਏ ਆ ਵੀ ਅੰਗ ਜਿਹੜੇ ਆ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਫਾਟੇ ਆ ਉਹਦੀ ਬੁਰਕੀ ਕੱਢੀ ਆ ਅਤੇ ਕੁਛ ਅੰਗਾਂ ਦੇ ਵਿੱਚ ਬਲੇਡ ਫਿਰਿਆ ਪਾਠੀ ਹੀ ਨਿਸ਼ਾਨ ਸਿੰਘ ਪਿੰਡ ਮੰਨਣ ਦਾ ਉਹਦੇ ਦਿਲ 'ਚ ਬੇਈਮਾਨੀ ਆਈ ਉਹਨੂੰ ਪੁੱਛਗਿੱਛ ਕੀਤੀ ਉਹਦਾ ਮੇਰਾ ਦਿਲ ਦੋੜ ਗਿਆ ਅਤੇ ਮੈਂ ਇਹ ਜਿਹੜੇ ਆ ਪੱਤਰੇ ਪਾੜ ਕੇ ਅਤੇ ਉੱਥੇ ਇਹਨੇ ਰੂੜੀ ਦੇ ਵਿੱਚ ਆਪਣਾ ਦੱਬੇ ਸਰ ਜਿਹੜਾ ਬੇਅਦਬੀ ਵਾਲਾ ਮਾਮਲਾ ਸੀ ਕੀ ਸੀ ਜੀ ਇਹ ਕੌਣ ਹੈ ਦੋਸ਼ੀ ਦਾ ਇਹ ਇੱਥੇ ਮੰਨਣ ਪਿੰਡ ਦੇ ਵਿੱਚ ਆਪਣਾ ਇੱਕ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ ਉੱਥੇ ਆਪਣਾ ਜਿਹੜਾ ਪਾਠੀ ਗੁਰਮੀਤ ਸਿੰਘ ਇਹਨਾਂ ਨੇ ਕਿਤੇ ਖੰਡ ਪਾਠ ਆਰੰਭ ਕੀਤਾ ਸੀ ਮੰਨਣ ਪਿੰਡ ਦੇ ਵਿੱਚ ਕਿਸੇ ਦੇ ਘਰੇ ਅਤੇ ਉੱਥੇ 14 ਤਰੀਕ ਨੂੰ ਉਹਨਾਂ ਨੇ ਖੰਡ ਪਾਠ ਆਰੰਭ ਕੀਤਾ ਸੀ ਅਤੇ 14 ਤੋਂ ਜਦੋਂ ਇਹਨਾਂ ਨੇ 16 ਤਰੀਕ ਨੂੰ ਖੰਡ ਪਾਠ ਦਾ ਭੋਗ ਪਾਇਆ ਅਤੇ 14 ਤਰੀਕ ਅਤੇ 15 ਦੀ ਦਰਮਿਆਨੀ ਰਾਤ ਆਏ ਆ ਵੀ ਅੰਗ ਜਿਹੜੇ ਆ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਠੇ ਆ ਉਹਦੀ ਬੁਰਕੀ ਕੱਢੀ ਆ ਅਤੇ ਕੁਛ ਅੰਗਾਂ ਦੇ ਵਿੱਚ ਬਲੇਡ ਫਿਰਿਆ ਅਤੇ ਜਿਹੜਾ ਉੱਥੇ ਪਾਠੀ ਸੀ ਨਿਸ਼ਾਨ ਸਿੰਘ ਪਿੰਡ ਮੰਨਣ ਦਾ ਉਹਦੇ ਦਿਲ 'ਚ ਬੇਈਮਾਨੀ ਆਈ ਉਹਨੂੰ ਪੁੱਛਗਿੱਛ ਕੀਤੀ ਉਹਦਾ ਮੇਰਾ ਦਿਲ ਦੋੜ ਗਿਆ ਅਤੇ ਮੈਂ ਇਹ ਜਿਹੜੇ ਆ ਪੱਤਰੇ ਪਾੜ ਕੇ ਅਤੇ ਉੱਥੇ ਇਹਨੇ ਰੂੜੀ ਦੇ ਵਿੱਚ ਆਪਣਾ ਦੱਬੇ ਅਤੇ ਅੱਜ ਹੀ ਕੀ ਤੁਸੀਂ ਪੱਤਰੇ ਬਰਾਮਦ ਕਰ ਲਿਆ ਜੀ ਅੱਜ ਅਸੀਂ ਇਹਨੂੰ ਦੋਸ਼ੀ ਨੂੰ ਆਪਣਾ ਕੋਲ ਪੱਤਰੇ ਬਰਾਮਦ ਕਰ ਲਿਆ ਅਤੇ ਅਰੈਸਟ ਵੀ ਕਰ ਲਿਆ ਇਹਦੇ ਬਰਖਿਲਾਫ ਅਸੀਂ ਉਦਣੀ FIR ਨੰਬਰ 33 ਦਰਜ ਕੀਤੀ ਉਹਦੇ 'ਚ ਅਸੀਂ ਹੁਣ ਇਹਦੀ ਅਰੈਸਟ ਪਾ ਲਈ ਠੀਕ